लर्निंग डिसेबिलिटी जिहड़ा चैप्टर है सीखने संबंधी योग्यतावां, एक क्वेश्चन इहदे विचों पक्का आउंदा हुंदा है। लास्ट ईयर मतलब कह लो कि डिफरेंट टाइप्स बन के आईयां सीगियां। जिवें अपने कोले फर्स्ट क्वेश्चन पिया इत्थे, देखो सैमुअल किर्क मतलब जिहड़ा फर्स्ट परसन सीगा जिन्हें लर्निंग डिसेबिलिटीज बारे दस्सिया सीगा तां 1963 दे विच। ओके, तां इह मेन पॉइंट रहूगा इस क्वेश्चन दा। इह क्वेश्चन आ चुका है एग्जाम दे विच इस तों पहलां। ਆਪਾਂ ਸੀਗੇ ਫਸਟ ਕੁਐਸਚਨ ਤੇ ਜੀ। ਆਪਣਾ ਜਿਹੜਾ ਫਸਟ ਕੁਐਸਚਨ ਹੈਗਾ ਲਰਨਿੰਗ ਡਿਸੇਬਿਲਟੀਜ਼ ਆ। ਓਕੇ, ਤਾਂ ਤੁਸੀਂ ਪਹਿਲਾ ਪੁਆਇੰਟ ਇਹ ਯਾਦ ਰੱਖਣਾ ਕਿ ਇਹ ਸੈਮੂਅਲ ਕਿਰਕ ਦੁਆਰਾ ਦਿੱਤਾ ਗਿਆ ਸੀ ਲਰਨਿੰਗ ਡਿਸੇਬਿਲਟੀਜ਼ 1963 ਦੇ ਵਿੱਚ। ਓਕੇ, ਹੁਣ ਦੇਖੋ ਲਰਨਿੰਗ ਡਿਸੇਬਿਲਟੀਜ਼ ਦੇ ਨਾਲ ਰਿਲੇਟਡ ਕਿਹੜੇ ਕਿਹੜੇ ਮੇਨ ਪੁਆਇੰਟਸ ਹੈ, ਜਾਂ ਆਪਾਂ ਕਹਿ ਲਓ ਲਰਨਿੰਗ ਰਿਲੇਟਡ ਡਿਸੇਬਿਲਟੀ ਜਿਹੜੀਆਂ ਸਿੱਖਣ ਦੇ ਨਾਲ ਸਿਰਫ ਡਿਸੇਬਿਲਟੀਜ਼ ਹੈਗੀਆਂ ਉਹ ਕਿਹੜੀਆਂ ਕਿਹੜੀਆਂ ਹੋ ਸਕਦੀਆਂ। ਇੱਕ ਤਾਂ ਡਾਇਲੈਕਸੀਆ ਦਿੱਤੀ ਹੋਈ ਹੈ, ਠੀਕ ਹੈ, ਉਸ ਤੋਂ ਬਾਅਦ ਇੱਕ ਅਲੈਕਸੀਆ ਦਿੱਤੀ ਹੋਈ ਹੈ ਤੇ ਇੱਕ ਦਿੱਤੀ ਹੋਈ ਹੈ ਹਾਈਪਰਲੈਕਸੀਆ। ਜੇ ਤੁਹਾਨੂੰ ਇਹ ਤਿੰਨਾਂ ਦੇ ਨਾਮ ਪੁੱਛਣਗੇ ਤਾਂ ਇਹ ਤਿੰਨੇ ਨਾਮ ਆਉਣਗੇ ਲਰਨਿੰਗ ਰਿਲੇਟਡ ਡਿਸੇਬਿਲਟੀਜ਼ ਦੇ ਵਿੱਚ। ਓਕੇ, ਤਾਂ ਜਿਹੜਾ ਅਗਲਾ ਹੈਗਾ ਆਪਣੇ ਕੋਲੇ ਨੈਕਸਟ ਪੋਰਸ਼ਨ ਉਹ ਦੇਖੋ। ਤਾਂ ਫਸਟ ਕੁਐਸਚਨ ਜਿਹੜਾ ਦਿੱਤਾ ਹੋਇਆ ਆਪਣੇ ਕੋਲੇ ਡਿਸੇਬਿਲਟੀਜ਼ ਦਾ, ਤਾਂ ਡਾਇਲੈਕਸੀਆ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ। ਡਾਇਲੈਕਸੀਆ ਇਜ਼ ਦਾ ਪ੍ਰੀਵੀਅਸਲੀ ਨੋਨ ਐਜ਼ ਵਰਡ ਬਲਾਈਂਡਨੈਸ, ਤਾਂ ਇਹ ਵੀ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਜਿਹੜਾ ਡਾਇਲੈਕਸੀਆ ਇਹਨੂੰ ਸਭ ਤੋਂ ਪਹਿਲਾਂ ਵਰਡ ਬਲਾਈਂਡਨੈਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਤੇ ਇਹਦੇ ਬਾਰੇ ਕਿਹਨੇ ਦੱਸਿਆ ਸੀਗਾ? ਅਡੋਲਫ ਕੁਸੁਮੈਲ ਨੇ, ਠੀਕ ਹੈ, 1877 ਦੇ ਵਿੱਚ। ਇੱਕ ਹੋਰ ਇੰਪੋਰਟੈਂਟ ਪੁਆਇੰਟ ਹੈ ਜੀ ਨੈਕਸਟ, ਕੀ ਹੈ, ਕਹਿੰਦੇ ਫਸਟ ਡਿਸਕਵਰਡ ਬਾਏ ਇਨ 1887 ਬਾਏ ਰਡੋਲਫ ਬਰਲਿਨ। ਹੁਣ ਇਹਨਾਂ ਨੂੰ ਯਾਦ ਕਿਵੇਂ ਰੱਖਣਾ? ਦੇਖੋ ਜਦੋਂ ਤਾਂ ਕੁਸ਼ਚਨ ਇਹ ਪੁੱਛਿਆ ਜਾਵੇ ਕਿ ਲਰਨਿੰਗ ਡਿਸੇਬਿਲਟੀ ਦੀ ਟਰਮ ਕਿਹਨੇ ਦਿੱਤੀ ਹੈ, ਤਾਂ ਸੈਮੂਅਲ ਕਿਰਕ ਨੇ ਦਿੱਤੀ ਹੈ। ਓਕੇ, ਜੇ ਸਾਨੂੰ ਇਹ ਪੁੱਛ ਲਿਆ ਜਾਵੇ ਕਿ ਜਿਹੜਾ ਵਰਡ ਬਲਾਈਂਡਨੈਸ ਵਰਡ ਹੈ, ਵਰਡ ਬਲਾਈਂਡਨੈਸ ਇਹਦੇ ਬਾਰੇ ਸਭ ਤੋਂ ਪਹਿਲਾਂ ਜਿਹੜੀ ਪਹਿਚਾਣ ਕੀਤੀ ਸੀ 1877 ਦੇ ਵਿੱਚ ਕੀਤੀ ਸੀ, ਉਹ ਅਡੋਲਫ ਕੋਸੁਮਲ ਨੇ ਦਿੱਤੀ ਸੀ। ਤੇ ਪਹਿਲੀ ਵਾਰੀ ਜਿਹੜਾ ਡਿਸਕਵਰ ਕੀਤਾ ਗਿਆ ਸੀਗਾ ਸ਼ਬਦ, ਤਾਂ ਰਡੋਲਫ ਬਰਲਿਨ ਨੇ। ਦੇਖੋ ਈਅਰਸ ਦਾ ਫਰਕ ਹੈ, ਇਹਨਾਂ ਦੋਨਾਂ ਨੂੰ ਧਿਆਨ ਦੇ ਵਿੱਚ ਰੱਖਣਾ। ਓਕੇ, ਡਿਫੀਕਲਟੀ ਵਿਦ ਰੀਡਿੰਗ ਜਿਹੜੇ ਬੱਚਿਆਂ ਨੂੰ ਪੜ੍ਹਨ ਦੇ ਵਿੱਚ ਮੁਸ਼ਕਲ ਆਉਂਦੀ ਹੈ, ਠੀਕ ਹੈ, ਉਹ ਸਾਰੇ ਡਾਇਲੈਕਸੀਆ ਦੇ ਨਾਲ ਸੰਬੰਧਿਤ ਹੁੰਦੇ ਆ, ਜਿਵੇਂ ਦਿੱਤਾ ਹੋਇਆ, ਠੀਕ ਹੈ ਜੀ। ਪ੍ਰੋਬਲਮ ਇਨ ਵਰਡ ਰਿਕੋਗਨੀਸ਼ਨ, ਬੱਚਿਆਂ ਨੂੰ ਸ਼ਬਦ ਪਹਿਚਾਨਣ ਦੇ ਵਿੱਚ ਕਮੀ ਹੁੰਦੀ ਹੈ। ਜਿਵੇਂ ਦੇਖੋ ਬੀ ਨੂੰ ਉਹ ਡੀ ਪੜ੍ਹਦਾ ਜੀ ਬੱਚਾ, ਠੀਕ ਹੈ, ਤੇ ਐਮ ਨੂੰ ਕੀ ਪੜ੍ਹਦਾ? ਡਬਲਯੂ ਪੜ੍ਹਦਾ, ਤੇ 6 ਨੂੰ ਕੀ ਪੜ੍ਹਦਾ ਹੈ? 9। ਤਾਂ ਇਹਦੀ ਮੇਨ ਪ੍ਰੋਬਲਮ ਹੁੰਦੀ ਹੈ ਜੀ ਡਾਇਲੈਕਸੀਆ ਦੀ। ਜੇ ਸਿੰਪਲ ਕੁਐਸਚਨ ਪੁੱਛਣਗੇ ਤਾਂ ਤੁਹਾਨੂੰ ਇਹ ਪੁੱਛਣਗੇ ਜਿਹੜੇ ਬੱਚਿਆਂ ਨੂੰ ਪੜ੍ਹਨ ਦੇ ਵਿੱਚ ਮੁਸ਼ਕਲ ਆਉਂਦੀ ਹੈ ਉਹਨਾਂ ਨੂੰ ਕਿਹੜਾ ਮਤਲਬ ਡਿਸਆਰਡਰ ਹੁੰਦਾ, ਉਹਨੂੰ ਡਾਇਲੈਕਸੀਆ ਕਿਹਾ ਜਾਂਦਾ ਹੈ। ਓਕੇ, ਪੁਆਇੰਟ ਕਲੀਅਰ ਹੋ ਗਿਆ, ਤਾਂ ਪਲੀਜ਼ ਮੈਨੂੰ ਦੱਸੋ ਜਲਦੀ, ਫਿਰ ਆਪਾਂ ਨੈਕਸਟ ਪੁਆਇੰਟ ਤੇ ਚੱਲਦੇ ਹਾਂ। ਮੈਨੂੰ ਸਾਈਡ ਤੇ ਮਤਲਬ ਟੈਕਸਟ ਕਰਕੇ ਦੱਸ ਸਕਦੇ ਹੋ ਤੁਸੀਂ, ਜਲਦੀ ਕਰੋ। ਓਕੇ, ਫਿਰ ਆਪਾਂ ਨੈਕਸਟ ਪੁਆਇੰਟ ਪੜਾਂਗੇ ਇਹਦਾ ਜਿਹੜਾ ਦਿੱਤਾ ਹੋਇਆ ਅਲੈਕਸੀਆ। ਤਾਂ ਇਹਦੇ ਸਾਰੇ ਮੇਨ ਪੁਆਇੰਟਸ ਆ ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਆ। ਤਾਂ ਉਸ ਤੋਂ ਬਾਅਦ ਜਿਹੜਾ ਨੈਕਸਟ ਦਿੱਤਾ ਹੋਇਆ ਅਲੈਕਸੀਆ ਜੀ, ਕਹਿੰਦੇ ਪੜ੍ਹਨ ਦੇ ਵਿੱਚ ਅੰਸ਼ਿਕ ਜਾਂ ਪੂਰਨ ਸਮਰੱਥਾ, ਮਤਲਬ ਜਿਹੜੇ ਬੱਚਿਆਂ ਨੂੰ ਜ਼ਿਆਦਾ ਕਹਿ ਲਓ ਉਹਨਾਂ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਹੁੰਦੀ ਹੈ ਜੀ, ਜਿਹਨੂੰ ਆਪਾਂ ਅੰਸ਼ਿਕ ਕਹਿੰਦੇ ਹਾਂ, ਜਾਂ ਪੂਰੀ ਪ੍ਰੋਬਲਮ ਹੁੰਦੀ ਹੈ, ਜਿਹਨੂੰ ਅਸੀਂ ਪਾਰਸ਼ਲ ਜਾਂ ਕੰਪਲੀਟ ਇਨ ਅਬਿਲਿਟੀ ਟੂ ਰੀਡ, ਮਤਲਬ ਜਿਹੜੇ ਪੜ੍ਹ ਹੀ ਨਹੀਂ ਸਕਦੇ, ਉਹਨੂੰ ਅਲੈਕਸੀਆ ਕਿਹਾ ਜਾਂਦਾ ਜੀ। ਦੇਖੋ ਇੱਥੇ ਪੜ੍ਹਨ ਸੰਬੰਧੀ ਮੁਸ਼ਕਿਲ ਸੀ, ਮਤਲਬ ਲੈਟਰਸ ਦੇ ਵਿੱਚ ਡਿਫਰੈਂਸ ਸੀਗਾ ਜੀ, ਥੋੜ੍ਹੇ ਥੋੜ੍ਹੇ ਅੱਖਰਾਂ ਦੀ ਪਹਿਚਾਣ ਨਹੀਂ ਸੀਗੀ ਪ੍ਰੋਪਰ ਉਹਨਾਂ ਨੂੰ। ਤਾਂ ਜਿਹੜਾ ਅਲੈਕਸੀਆ ਹੁੰਦਾ ਹੈ ਜਾਂ ਤਾਂ ਇਹ ਪਾਰਸ਼ੀਅਲ ਦੇ ਨਾਲ ਜੁੜੇਗਾ ਤੇ ਜਾਂ ਇਨਐਬਿਲਿਟੀ ਦੇ ਨਾਲ ਜੁੜੇਗਾ। ਹਾਈਪਰਲੈਕਸੀਆ ਕੀ ਹੁੰਦਾ ਜੀ? ਸ਼ਬਦਾਂ ਦਾ ਛੋਟਾ ਵੱਡਾ ਦਿਖਾਈ ਦੇਣਾ, ਠੀਕ ਹੈ, ਬੱਚੇ ਨੂੰ ਜਿਹੜੇ ਸ਼ਬਦ ਹੈ ਜਾਂ ਤਾਂ ਛੋਟੇ ਦਿਖਾਈ ਦਿੰਦੇ ਹੈ, ਠੀਕ ਹੈ, ਤੇ ਜਾਂ ਫਿਰ ਕਹਿ ਲਓ ਵੀ ਲੋੜ ਨਾਲੋਂ ਹੀ ਵੱਡੇ ਦਿਖਾਈ ਦਿੰਦੇ ਹੈ ਜੀ, ਠੀਕ ਹੈ, ਜਾਂ ਛੋਟੇ ਛੋਟੇ ਅੱਖਰ ਦਿਖਾਈ ਦਿੰਦੇ ਆ ਜਾਂ ਬਹੁਤ ਵੱਡੇ ਦਿਖਾਈ ਦਿੰਦੇ ਆ ਜਾਂ ਡਾਂਸ ਕਰਦੇ ਦਿਖਾਈ ਦਿੰਦੇ ਆ, ਉਹ ਹਾਈਪਰਲੈਕਸੀਆ ਹੁੰਦਾ ਜੀ। ਕੀ ਬੋਲਿਆ ਇਹਨਾਂ ਨੂੰ? ਉਹਨੂੰ ਹਾਈਪਰਲੈਕਸੀਆ ਦਾ ਨਾਮ ਦਿੱਤਾ ਜਾਂਦਾ। ਓਕੇ, ਤਾਂ ਇੱਥੋਂ ਤੱਕ ਕਲੀਅਰ ਹੈ? ਪਲੀਜ਼ ਜਲਦੀ ਦੱਸੋ, ਫਿਰ ਆਪਾਂ ਨੈਕਸਟ ਤੇ ਜਿਹੜੀ ਨੈਕਸਟ ਹੈਗੀ ਹੈ। ਪਹਿਲਾਂ ਆਪਾਂ ਲਰਨਿੰਗ ਦੇ ਨਾਲ ਪੜ੍ਹੀਆਂ ਸੀਗੀਆਂ ਪਿਛਲੀਆਂ, ਮੈਂ ਤੁਹਾਨੂੰ ਦੁਬਾਰਾ ਦੱਸਦਾ। ਦੇਖੋ ਜਿਹੜੀ ਆਹ ਸੀਗੀਆਂ ਲਰਨਿੰਗ ਦੇ ਨਾਲ ਸੀਗੀਆਂ, ਤੇ ਜਿਹੜੀ ਆਪਾਂ ਹੁਣ ਪੜ੍ਹ ਰਹੇ ਹਾਂ ਇਹ ਆਪਣੀ ਹੈਗੀ ਹੈ ਜੀ ਕਿਹਦੇ ਨਾਲ? ਇਹ ਰਾਈਟਿੰਗ ਦੇ ਨਾਲ ਆ ਸਾਰੀਆਂ, ਠੀਕ ਹੈ। ਦੇਖੋ ਆਹ ਰਾਈਟਿੰਗ ਦੇ ਨਾਲ, ਹੁਣ ਮੰਨ ਲਓ ਆਪਾਂ ਹੁਣ ਗੱਲ ਕਰਦੇ ਪਏ ਰਾਈਟਿੰਗ ਦੇ ਨਾਲ ਵੀ ਲਿਖਣ ਦੇ ਨਾਲ ਕਿਹੜੀਆਂ ਕਿਹੜੀਆਂ ਡਿਸਏਬਿਲਟੀਜ਼ ਹੁੰਦੀਆਂ, ਠੀਕ ਹੈ। ਸਭ ਤੋਂ ਪਹਿਲਾਂ ਦੇਖੋ ਕੀ ਹੈ ਡਿਸਪ੍ਰੈਕਸੀਆ। ਡਿਸਪ੍ਰੈਕਸੀਆ ਬੋਲਿਆ ਜਾਂਦਾ, ਕਹਿੰਦਾ ਸੈਂਸਰੀ ਇੰਟੀਗ੍ਰੇਸ਼ਨ ਡਿਸਆਰਡਰ ਹੁੰਦਾ ਹੈ, ਡਿਫੀਕਲਟੀ ਵਿਦ ਫਾਈਨ ਮੋਟਰ ਸਕਿੱਲ। ਹੁਣ ਦੇਖੋ ਫਾਈਨ ਮੋਟਰ ਸਕਿੱਲ ਕੀ ਹੁੰਦੀਆਂ?
ਜੇ ਫਾਈਨ ਮੋਟਰ ਸਕਿੱਲ ਦੀ ਗੱਲ ਕਰੀਏ ਨਾ, ਤਾਂ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਮੰਨ ਲਓ ਸਕਿੱਲਸ ਆ ਜਾਂਦੀਆਂ। ਇੱਕ ਤਾਂ ਆਪਣੇ ਕੋਲੇ ਹੁੰਦੀ ਹੈ ਜੀ ਗ੍ਰੋਸ ਮੋਟਰ ਸਕਿੱਲ। ਜੇ ਇਕੱਲਾ ਹੀ ਮੋਟਰ ਸਕਿੱਲ ਦੀ ਗੱਲ ਕਰਾਂਗੇ ਤਾਂ ਉਹਦੇ ਦੋ ਹਿੱਸੇ ਬਣ ਜਾਂਦੇ ਆ, ਇੱਕ ਫਾਈਨ ਮੋਟਰ ਬਣ ਜਾਂਦੀ ਹੈ, ਇੱਕ ਗ੍ਰੋਸ ਮੋਟਰ ਬਣ ਜਾਂਦੀ ਹੈ। ਗ੍ਰੋਸ ਮੋਟਰ ਕੀ ਹੁੰਦੀ ਹੈ? ਗ੍ਰੋਸ ਮੋਟਰ ਹੁੰਦੀ ਹੈ ਕਿ ਜਿਹਦੇ ਵਿੱਚ ਸਾਡੀ ਪੂਰੀ ਬਾਡੀ ਵਰਕ ਕਰਦੀ ਹੈ। ਮੰਨ ਲਓ ਜੇ ਅਸੀਂ ਗੱਲ ਕਰੀਏ ਕਿ ਅਸੀਂ ਰਨਿੰਗ ਕਰ ਰਹੇ ਹਾਂ ਜਾਂ ਅਸੀਂ ਵਾਕਿੰਗ ਕਰ ਰਹੇ ਹਾਂ, ਠੀਕ ਹੈ, ਚਾਹੇ ਅਸੀਂ ਕਲਾਈਂਬਿੰਗ ਕਰ ਰਹੇ ਹਾਂ, ਤਾਂ ਉਹਦੇ ਵਿੱਚ ਸਾਡੀ ਪੂਰੀ ਬਾਡੀ ਵਰਕ ਕਰ ਰਹੀ ਹੈ, ਤਾਂ ਇਹ ਹੁੰਦੀਆਂ ਗ੍ਰੋਸ ਮੋਟਰ ਸਕਿੱਲਸ। ਅਤੇ ਜਦੋਂ ਆਪਾਂ ਨੂੰ ਫਾਈਨ ਮੋਟਰ ਸਕਿੱਲ ਦੀ ਗੱਲ ਕੀਤੀ ਜਾਊਗੀ, ਜਦੋਂ ਆਪਣੇ ਕੋਲ ਫਾਈਨ ਮੋਟਰ ਸਕਿੱਲ ਦੀ ਗੱਲ ਹੋਊਗੀ ਤਾਂ ਫਾਈਨ ਮੋਟਰ ਸਕਿੱਲਸ ਜਿਹੜੀਆਂ ਰਹਿਣਗੀਆਂ ਉਹ ਕੀ ਰਹਿਣਗੀਆਂ? ਮਤਲਬ ਬੱਚੇ ਦੇ ਦੁਆਰਾ ਬੈਠ ਕੇ ਰਾਈਟਿੰਗ ਕਰਨੀ, ਠੀਕ ਹੈ, ਪੇਂਟਿੰਗ ਕਰਨੀ ਜਾਂ ਪੈਨ ਨੂੰ ਹੋਲਡ ਕਰਨਾ, ਠੀਕ ਹੈ, ਜਿਹਦੇ ਵਿੱਚ ਉਹਦੀਆਂ ਮਤਲਬ ਛੋਟੀਆਂ ਮਤਲਬ ਜਿਹੜੀਆਂ ਸਕਿੱਲਸ ਹੁੰਦੀਆਂ ਯੂਜ਼ ਹੁੰਦੀਆਂ, ਠੀਕ ਹੈ, ਉਹਨੂੰ ਫਾਈਨ ਮੋਟਰ ਸਕਿੱਲ ਦਾ ਨਾਮ ਦਿੱਤਾ ਜਾਂਦਾ ਹੈ। ਠੀਕ ਹੈ, ਤਾਂ ਹੁਣ ਜਿਹੜਾ ਇਸ ਕੁਐਸਚਨ ਦਾ ਆਂਸਰ ਦੇਖੋ ਕੀ ਹੈ, ਆਪਣੇ ਕੋਲ ਸੀਗਾ ਜੀ ਰਾਈਟਿੰਗ ਰਿਲੇਟਡ ਡਿਸੇਬਿਲਟੀ ਦੀ ਗੱਲ ਸੀਗੀ। ਤਾਂ ਜੇ ਰਾਈਟਿੰਗ ਰਿਲੇਟਡ ਡਿਸੇਬਿਲਟੀ ਦੇ ਵਿੱਚ ਸਭ ਤੋਂ ਪਹਿਲਾਂ ਆ ਗਿਆ ਡਿਸਪ੍ਰੈਕਸੀਆ। ਡਿਸਪ੍ਰੈਕਸੀਆ ਕੀ ਲਿਖਿਆ? ਡਿਫੀਕਲਟੀ ਵਿਦ ਫਾਈਨ ਮੋਟਰ ਸਕਿੱਲਸ, ਪ੍ਰੋਬਲਮ ਵਿਦ ਹੈਂਡ ਆਈ ਕੋਆਰਡੀਨੇਸ਼ਨ, ਬੈਲੈਂਸ, ਮੈਨੂਅਲ ਡੈਕਸਟਰੀ। ਠੀਕ ਹੈ, ਇਹਦਾ ਮਤਲਬ ਕੀ ਹੁੰਦਾ ਕਿ ਜਿਹੜੇ ਬੱਚਿਆਂ ਨੂੰ ਥੋੜ੍ਹੀ ਬਹੁਤੀ ਪ੍ਰੋਬਲਮ ਅੱਖਾਂ ਦੇ ਹੱਥਾਂ ਦੇ ਕੋਆਰਡੀਨੇਸ਼ਨ ਦੇ ਵਿੱਚ ਆਉਂਦੀ ਹੈ, ਚੀਜ਼ਾਂ ਨੂੰ ਪ੍ਰੋਪਰ ਹੋਲਡ ਨਹੀਂ ਕਰ ਸਕਦੇ, ਉਹਨਾਂ ਦਾ ਇੱਕ ਬੈਲੈਂਸ ਨਹੀਂ ਬਣਾ ਸਕਦੇ, ਠੀਕ ਹੈ, ਜਾਂ ਮੈਨੂਅਲ ਉਹਨਾਂ ਨੂੰ ਸਹੀ ਨਹੀਂ ਕਰ ਸਕਦੇ, ਉਹਨੂੰ ਡਿਸਪ੍ਰੈਕਸੀਆ ਕਿਹਾ ਜਾਂਦਾ। ਠੀਕ ਹੈ, ਤੁਸੀਂ ਸਿਰਫ ਇਸ ਪੁਆਇੰਟ ਨੂੰ ਅੰਡਰਲਾਈਨ ਕਰਕੇ ਇਸ ਪੁਆਇੰਟ ਤੋਂ ਸਮਝ ਸਕਦੇ ਹੋ। ਠੀਕ ਹੈ, ਇਹਨੂੰ ਕਿਹਾ ਜਾਂਦਾ ਡਿਸਪ੍ਰੈਕਸੀਆ। ਤਾਂ ਉਸ ਤੋਂ ਬਾਅਦ ਜਿਹੜਾ ਨੈਕਸਟ ਹੈਗਾ ਉਹ ਹੈਗਾ ਆਪਣੇ ਕੋਲ ਡਿਸਗ੍ਰਾਫੀਆ। ਦੇਖੋ ਗ੍ਰਾਫੀਆ ਵਰਡ ਆ ਗਿਆ, ਤਾਂ ਗ੍ਰਾਫੀਆ ਨੂੰ ਤੁਸੀਂ ਇਹ ਕਹਿ ਸਕਦੇ ਹੋ ਵੀ ਕਿਸੇ ਅੱਖਰ ਨੂੰ ਲਿਖਣਾ। ਮੰਨ ਲਓ ਅਸੀਂ ਅੱਖਰ ਲਿਖ ਰਹੇ ਹਾਂ, ਅਸੀਂ ਇੱਕ ਅੱਖਰਾਂ ਦੀ ਸ਼ੇਪ ਬਣਾ ਰਹੇ ਹਾਂ, ਠੀਕ ਹੈ, ਤਾਂ ਬੱਚੇ ਨੂੰ ਪ੍ਰੋਪਰ, ਮੰਨ ਲਓ ਬੱਚੇ ਨੂੰ ਲਿਖਾਉਣਾ ਸ਼ੁਰੂ ਕੀਤਾ, ਉਹ ਬੱਚੇ ਦੁਆਰਾ ਇਸ ਤਰੀਕੇ ਨਾਲ ਲਿਖਿਆ ਜਾਂਦਾ ਕਈ ਵਾਰੀ, ਜਾਂ ਕਹਿ ਲਓ ਵੀ ਆਪਣੇ ਦੁਆਰਾ ਹੀ ਕੋਈ ਸ਼ੇਪ ਦੇਣੀ ਸ਼ੁਰੂ ਕਰ ਦਿੰਦਾ ਬੱਚਾ, ਮਤਲਬ ਇੱਕ ਪ੍ਰੋਪਰ ਸ਼ੇਪ ਦੇ ਵਿੱਚ ਨਹੀਂ ਆਉਂਦਾ। ਤਾਂ ਇੱਥੇ ਲਿਖਿਆ ਹੋਇਆ ਡਿਫੀਕਲਟੀ ਵਿਦ ਰਾਈਟਿੰਗ, ਤਾਂ ਲਿਖਣ ਸੰਬੰਧੀ ਜਿਹੜੀ ਮੁਸ਼ਕਿਲ ਉਹਨੂੰ ਡਿਸਗ੍ਰਾਫੀਆ ਦਾ ਨਾਮ ਦਿੱਤਾ ਜਾਂਦਾ। ਜਿਹੜੀਆਂ ਤਿੰਨੋਂ ਦਿੱਤੀਆਂ ਹੋਈਆਂ, ਜਿਵੇਂ ਸਟਾਰਟਿੰਗ ਵਾਲੀ ਡਿਸਪ੍ਰੈਕਸੀਆ ਸੀਗੀ, ਤੇ ਉਸ ਤੋਂ ਬਾਅਦ ਡਿਸਗ੍ਰਾਫੀਆ ਹੈਗੀ ਆ, ਤੇ ਫਿਰ ਉਸ ਤੋਂ ਬਾਅਦ ਅਪ੍ਰੈਕਸੀਆ ਹੈਗੀ ਆ, ਇਹ ਸਾਰੀਆਂ ਲਿਖਣ ਦੇ ਨਾਲ ਹੀ ਹੈ ਜੀ। ਅਪ੍ਰੈਕਸੀਆ ਕੀ ਹੈ? ਇਟ ਇਜ਼ ਅ ਨਰਵਸ ਸਿਸਟਮ ਡਿਸਆਰਡਰ ਹੁੰਦਾ ਜੀ। ਠੀਕ ਹੈ, ਇਹ ਨਾੜੀ ਸੰਬੰਧੀ ਦੋਸ਼ ਹੁੰਦਾ, ਅੱਖਾਂ ਤੇ ਹੱਥਾਂ ਦੇ ਤਾਲਮੇਲ ਦੀ ਕਮੀ ਆ ਜਾਂਦੀ ਹੈ, ਕਿ ਬੱਚੇ ਦੇ ਜਿਹੜਾ ਨਾੜੀ ਆਰਡਰ ਹੈ, ਮਤਲਬ ਬੱਚੇ ਦੇ ਜਿਹੜਾ ਨਾੜੀ ਸੰਬੰਧੀ ਦੋਸ਼ ਹੁੰਦਾ ਕਿ ਬੱਚੇ ਦੇ ਤੱਕ ਉਹ ਸੰਕੇਤ ਨਹੀਂ ਪਹੁੰਚਦਾ ਜੀ। ਠੀਕ ਹੈ, ਕਲੀਅਰ ਹੈ? ਹੁਣ ਚੱਲਦੇ ਆਪਾਂ ਨੈਕਸਟ ਤੇ। ਇਹ ਕਲੀਅਰ ਹੈ ਤਾਂ ਮੈਨੂੰ ਦੱਸੋ, ਫਿਰ ਆਪਾਂ ਅਗਲੇ ਪੁਆਇੰਟਸ ਤੇ ਚੱਲਦਾ। ਓਕੇ, ਸਾਡੇ ਕੋਲ ਮੈਥਮੈਟੀਕਲ ਡਿਸਬਿਲਟੀਜ਼ ਹੈ ਜੀ ਅੱਗੇ, ਤਾਂ ਇਹਨੂੰ ਕਿਹਾ ਜਾਂਦਾ ਹੈ ਡਿਸਕੈਲਕੁਲੀਆ, ਲੈਕਸੀਕਲ ਡਿਸਕੈਲਕੁਲੀਆ ਤੇ ਗ੍ਰਾਫਿਕਲ ਡਿਸਕੈਲਕੁਲੀਆ। ਇਹ ਸਾਰੇ ਪੁਆਇੰਟਸ ਹੈ ਜੀ ਇਹਦੇ ਕੈਲਕੁਲੀਆ ਦੇ ਵਿੱਚ, ਤੇ ਵੈਸੇ ਹੁਣ ਤੱਕ ਜਿੰਨਾ ਵੀ ਪੁੱਛਿਆ ਗਿਆ ਇਕੱਲਾ ਡਿਸਕੈਲਕੁਲੀਆ ਪੁੱਛਿਆ ਗਿਆ। ਇਹ ਇੱਕ ਨੁਮੈਰੀਕਲ ਡਿਸਏਬਿਲਟੀ ਹੁੰਦੀ ਹੈ, ਬੱਚਿਆਂ ਨੂੰ ਗਿਣਨ ਦੇ ਵਿੱਚ ਮੁਸ਼ਕਲ ਆਉਂਦੀ ਹੈ, ਬੱਚੇ ਅੰਡਰਸਟੈਂਡਿੰਗ ਟਾਈਮ, ਯੂਜ਼ਿੰਗ ਮਨੀ, ਇਹਨਾਂ ਸਾਰਿਆਂ ਦੇ ਵਿੱਚ ਪ੍ਰੋਬਲਮਸ ਹੁੰਦੀਆਂ। ਠੀਕ ਹੈ, ਮਨੀ ਮੰਨ ਲਓ ਬੱਚੇ ਦੇ ਕੋਲ ਮੰਨ ਲਓ 70 ਰੁਪੀਸ ਹੈ, ਉਹਦੇ ਵਿੱਚੋਂ 35 ਯੂਜ਼ ਕੀਤੀ ਹੈ, ਤਾਂ ਬਾਕੀ ਕਿੰਨੇ ਬਚਣਗੇ? ਤਾਂ ਇਹ ਜਿਹੜਾ ਡਿਫਰੈਂਸ ਹੈ ਨੰਬਰ ਦਾ, ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਬੱਚੇ ਨੂੰ, ਇਹਨੂੰ ਡਿਸਕੈਲਕੁਲੀਆ ਕਹਿ ਦਿੰਦੇ। ਕੈਲਕੁਲੀਆ ਤਾਂ ਅਸੀਂ ਕਹਿ ਸਕਦੇ ਹਾਂ ਜਦੋਂ ਬੱਚਾ ਕੈਲਕੂਲੇਸ਼ਨ ਨਹੀਂ ਕਰ ਸਕਦਾ। ਇੱਕ ਹੁੰਦਾ ਜੀ ਲੈਕਸੀਕਲ ਡਿਸਕੈਲਕੁਲੀਆ, ਇਹਨੂੰ ਕਹਿੰਦੇ ਸ਼ਾਬਦਿਕ ਡਿਸਕੈਲਕੁਲੀਆ, ਮਤਲਬ ਗਣਿਤ ਦੇ ਚਿੰਨ੍ਹਾਂ ਨੂੰ ਨਹੀਂ ਸਮਝ ਸਕਦਾ। ਹੁਣ ਗਣਿਤ ਦੇ ਚਿੰਨ੍ਹ ਜਿਵੇਂ ਹੋ ਗਏ ਪਲੱਸ ਹੋ ਗਿਆ, ਮਾਈਨਸ ਹੋ ਗਿਆ, ਡਿਵਾਈਡ ਹੋ ਗਿਆ, ਮਲਟੀਪਲਾਈ ਹੋ ਗਿਆ, ਜੋ ਵੀ ਹੈ, ਇਹਨਾਂ ਨੂੰ ਯੂਜ਼ ਕਰਨਾ ਐਪਰੋਪ੍ਰੀਏਟ ਮੈਥਡਸ ਦੇ ਨਾਲ, ਕਿੱਥੇ ਯੂਜ਼ ਹੋਣਗੇ, ਇਹਨਾਂ ਚਿੰਨ੍ਹਾਂ ਦਾ ਮਤਲਬ ਮੀਨਿੰਗ ਕੀ ਹੈ, ਤਾਂ ਉਹਨੂੰ ਅਸੀਂ ਸ਼ਾਬਦਿਕ ਡਿਸਕੈਲਕੁਲੀਆ ਦਾ ਨਾਮ ਦਿੰਦੇ ਹਾਂ ਜੀ। ਲੈਕਸੀਕਲ ਤੋਂ ਯਾਦ ਰੱਖਣਾ ਜੀ ਤੁਸੀਂ, ਲੈਕਸੀਕਲ ਤੋਂ। ਓਕੇ, ਨੈਕਸਟ ਹੈਗਾ ਜੀ ਗ੍ਰਾਫਿਕਲ ਡਿਸਕੈਲਕੁਲੀਆ, ਮਤਲਬ ਇਹਦੇ ਵਿੱਚ ਮੈਥ ਦੇ ਸਿੰਬਲਸ ਹੋ ਗਏ ਤੇ ਗ੍ਰਾਫ ਹੋ ਗਏ। ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਸੀ ਕਿ ਜਿਹੜਾ ਮੈਥ ਦਾ ਗ੍ਰਾਫ ਹੁੰਦਾ ਜੀ, ਉਹਨੂੰ ਅੰਡਰਸਟੈਂਡ ਕਰਨਾ ਵੀ ਮੈਥ ਦੇ ਗ੍ਰਾਫ ਦੇ ਵਿੱਚ ਕਿਹੜੀ ਚੀਜ਼ ਕਿਸ ਵੈਲਿਊ ਤੱਕ ਹੁੰਦੀ ਹੈ, ਠੀਕ ਹੈ, ਉਹਨੂੰ ਅੰਡਰਸਟੈਂਡ ਕਰਨ ਦੇ ਲਈ ਇੱਕ ਜਿਹੜਾ ਡਿਸਆਰਡਰ ਪਾਇਆ ਜਾਂਦਾ ਉਹਨੂੰ ਗ੍ਰਾਫਿਕਲ ਡਿਸਕੈਲਕੁਲੀਆ ਦਾ ਨਾਮ ਦਿੱਤਾ ਜਾਂਦਾ। ਓਕੇ, ਤਾਂ ਮੈਥੇਮੈਟੀਕਲ ਡਿਸਬਿਲਟੀ ਵਿੱਚ ਤਿੰਨ ਪੁਆਇੰਟ ਇੰਪੋਰਟੈਂਟ ਰਹਿਣਗੇ ਜੀ, ਇੱਕ ਡਿਸਕੈਲਕੁਲੀਆ, ਇੱਕ ਲੈਕਸੀਕਲ, ਠੀਕ ਹੈ, ਤੇ ਇੱਕ ਆਪਣੇ ਕੋਲ ਕਿਹੜਾ ਆਜੂਗਾ ਜੀ, ਗ੍ਰਾਫਿਕਲ। ਓਕੇ, ਉਸ ਤੋਂ ਬਾਅਦ ਕੀ ਹੈ ਜਿਹੜੇ ਇਹ ਮੇਨ ਪੁਆਇੰਟ ਸੀਗੇ ਤੁਹਾਡੇ, ਠੀਕ ਹੈ, ਇਹਨਾਂ ਨੂੰ ਅੰਡਰਸਟੈਂਡ ਕਰਿਓ ਪ੍ਰੋਪਰ। ਜੇ ਜੀ ਕਿਸੇ ਚੀਜ਼ ਦਾ ਨਹੀਂ ਪਤਾ ਲੱਗ ਰਿਹਾ ਤਾਂ ਪਲੀਜ਼ ਮੈਨੂੰ ਰਿਪਲਾਈ ਕਰ ਸਕਦੇ ਹੋ ਨਾਲ। ਤਾਂ ਜਿਹੜੇ ਨੈਕਸਟ ਪੁਆਇੰਟ ਸੀਗੇ ਉਹ ਸਾਡੇ ਸੀਗੇ ਰੀਡਿੰਗ ਡਿਸੇਬਿਲਟੀਜ਼।
ਹੁਣ ਇਹ ਰੀਡਿੰਗ ਡਿਸਬਿਲਟੀਜ਼ ਆ ਪੜ੍ਹਨ ਸੰਬੰਧੀ, ਇੱਕ ਹੁੰਦਾ ਡਿਸਫੀਜ਼ੀਆ, ਉਸੇ ਨੂੰ ਅਫੀਜ਼ੀਆ ਕਿਹਾ ਜਾਂਦਾ ਜੀ। ਤਾਂ ਦੇਖੋ ਮੇਨ ਪੁਆਇੰਟ ਦਿੱਤਾ ਹੋਇਆ ਡਿਫੀਕਲਟੀ ਵਿਦ ਲੈਂਗੁਏਜ, ਜਦੋਂ ਬੱਚੇ ਨੂੰ ਕਿਸੇ ਨੂੰ ਭਾਸ਼ਾ ਨੂੰ ਬੋਲਣ ਸੰਬੰਧੀ, ਦੇਖੋ ਬੋਲਣ ਸੰਬੰਧੀ ਮੁਸ਼ਕਲ ਹੁੰਦੀ ਹੈ, ਬੱਚਾ ਭਾਸ਼ਾ ਨੂੰ ਪ੍ਰੋਪਰ ਬੋਲ ਨਹੀਂ ਸਕਦਾ, ਪੂਅਰ ਰੀਡਿੰਗ ਹੁੰਦੀ ਆ, ਪ੍ਰੋਪਰ ਪੜ੍ਹ ਨਹੀਂ ਸਕਦਾ, ਜਾਂ ਪੂਅਰ ਰੀਡਿੰਗ ਕੰਪਰੀਹੈਂਸ਼ਨ ਹੁੰਦੀ ਆ, ਉਸ ਚੀਜ਼ ਨੂੰ ਪ੍ਰੋਪਰ ਸਮਝਦਾ ਨਹੀਂ, ਠੀਕ ਹੈ, ਤਾਂ ਇਹ ਡਿਸਫੀਜ਼ੀਆ ਹੁੰਦਾ ਜੀ, ਜਾਂ ਡਿਸਫੀਜ਼ੀਆ ਜਾਂ ਅਫੀਜ਼ੀਆ। ਇਹ ਉਸ ਤੋਂ ਬਾਅਦ ਹੈਗਾ ਡਿਸਰੈਥੀਆ। ਡਿਸਰੈਥੀਆ ਕੀ ਹੈ? ਇੱਕ ਮੋਟਰ ਸਪੀਚ ਡਿਸਆਰਡਰ ਹੁੰਦਾ ਜੀ। ਦੇਖੋ ਇਹ ਮੇਨ ਪੁਆਇੰਟ ਰਹੂਗਾ ਜੀ। ਹੁਣ ਮੋਟਰ ਸਪੀਚ ਕੀ ਰਹੂਗਾ? ਸਪੀਚ ਦਾ ਮਤਲਬ ਕੀ ਹੁੰਦਾ? ਜਿਹੜੀ ਚੀਜ਼ ਅਸੀਂ ਬੋਲਦੇ ਹਾਂ ਸਾਡੇ ਬੋਲਣ ਨਾਲ ਸੰਬੰਧੀ ਹੈ, ਸੰਬੰਧਿਤ ਹੈ। ਤੇ ਮੋਟਰ ਸਪੀਚ ਜਦੋਂ ਅਸੀਂ ਬੋਲਦੇ ਹਾਂ ਤਾਂ ਸਾਡੇ ਮੂੰਹ ਦੇ ਵਿੱਚ ਜਿਹੜੀਆਂ ਆਵਾਜ਼ਾਂ ਆਉਂਦੀਆਂ, ਸਾਡੇ ਜਿਹੜੇ ਮਸਲਸ ਹੈ ਉਹ ਕਿਸ ਤਰ੍ਹਾਂ ਵਰਕ ਕਰਦੇ ਆ, ਉਹਨੂੰ ਮੋਟਰ ਸਪੀਚ ਡਿਸਆਰਡਰ ਦਾ ਨਾਮ ਦਿੱਤਾ ਜਾਂਦਾ, ਤਾਂ ਉਹਨੂੰ ਡਿਸਰੈਥੀਆ ਕਿਹਾ ਜਾਂਦਾ ਸੀ। ਓਕੇ, ਕਲੀਅਰ ਹੈ ਜੀ ਇੱਥੋਂ ਤੱਕ? ਚਲੀਏ ਨੈਕਸਟ ਤੇ, ਜਲਦੀ ਬੋਲੋ ਪਲੀਜ਼। ਅਗਲਾ ਹੈਗਾ ਜੀ ਡਿਵੈਲਪਮੈਂਟ ਰਿਲੇਟਡ ਡਿਸਆਰਡਰ ਹੁੰਦੇ ਆ ਜੀ। ਦੇਖੋ ਸਭ ਤੋਂ ਪਹਿਲਾਂ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਜੀ ADHD ਦਾ, ਅਟੈਂਸ਼ਨ ਡੈਫੀਸ਼ਿਟ ਹਾਈਪਰ ਐਕਟੀਵਿਟੀ ਡਿਸਆਰਡਰ, ਜਾਂ ਤਾਂ ਇਹ ਸਾਨੂੰ ਕੁਸ਼ਚਨ ਫੁੱਲ ਫਾਰਮ ਦੇ ਵਿੱਚ ਪੁੱਛਿਆ ਜਾਊਗਾ ਜੀ, ਠੀਕ ਹੈ ਜੀ। ਤੇ ਜਾਂ ਲਿਖਿਆ ਹੋਊਗਾ ਕਿ ADHD ਕਿਹੜੇ ਬੱਚਿਆਂ ਦੇ ਵਿੱਚ ਪਾਇਆ ਜਾਂਦਾ, ਧਿਆਨ ਦੇਣ ਸੰਬੰਧੀ ਕਮੀ ਹੁੰਦੀ ਹੈ, ਅਟੈਂਸ਼ਨ ਧਿਆਨ ਹੋ ਗਿਆ, ਡੈਫੀਸ਼ਿਟ ਕੀ ਹੋ ਗਿਆ ਜੀ ਕਮੀ ਹੋ ਗਈ, ਹਾਈਪਰ ਐਕਟੀਵਿਟੀ ਕੀ ਹੁੰਦਾ ਵੀ ਲੋੜ ਨਾਲੋਂ ਵੱਧ ਊਰਜਾ ਹੁੰਦੀ ਹੈ ਜੀ ਬੱਚੇ ਦੇ ਵਿੱਚ, ਸਮਝਣ ਵਾਸਤੇ ਨਹੀਂ ਹੁੰਦੀ, ਊਟ ਪਟਾਂਗ ਦੀਆਂ ਗੱਲਾਂ ਕਰਨ ਵਾਸਤੇ ਹੁੰਦੀ ਹੈ ਮੰਨ ਲਓ, ਠੀਕ ਹੈ, ਕਿਸੇ ਨੂੰ ਛੇੜ ਲਿਆ, ਕਿਸੇ ਦੇ ਚੁੰਡੀ ਵੱਡੀ, ਕਿਸੇ ਦੇ ਮੁੱਕਾ ਮਾਰਿਆ ਜਾਂ ਕੁਛ ਵੀ ਕਰਤਾ, ਇੱਕ ਵਿਕਾਰ ਹੁੰਦਾ, ਇਹਨੂੰ ਡਿਸਆਰਡਰ ਦਾ ਨਾਮ ਦਿੰਦੇ ਹਾਂ ਅਸੀਂ। ਜਾਂ ਤਾਂ ਇਹ ਪੁੱਛਿਆ ਜਾਊਗਾ ਕਿ ਤੁਹਾਡੀ ਕਲਾਸ ਦੇ ਵਿੱਚ ABCD ਕੋਈ ਵੀ ਬੱਚਾ ਹੈਗਾ, ਤਾਂ ਉਹ ਅਧਿਆਪਕਾਂ ਦਾ ਧਿਆਨ ਭਟਕਾਉਂਦਾ ਹੈ, ਠੀਕ ਹੈ, ਜਾਂ ਸਾਰੀ ਕਲਾਸ ਨੂੰ ਡਿਸਟਰਬ ਕਰਦਾ ਹੈ, ਜਾਂ ਅਧਿਆਪਕ ਦੇ ਮਤਲਬ ਧਿਆਨ ਦੇਣ ਦੇ ਵਿੱਚ ਕਮੀ ਆਉਂਦੀ ਹੈ, ਤਾਂ ਉਹਨੂੰ ਬੱਚੇ ਨੂੰ ਕਿਸ ਤਰ੍ਹਾਂ ਦਾ ਦੋਸ਼ ਹੈ, ਤਾਂ ਅਸੀਂ ADHD ਕਵਾਂਗੇ, ਜਾਂ ਸਾਨੂੰ ਫੁੱਲ ਫਾਰਮ ਪੁੱਛੀ ਜਾਂਦੀ ਹੈ, ਤੇ ਜਾਂ ਫਿਰ ਸਾਨੂੰ ਉਹਦਾ ਡਾਇਰੈਕਟ ਨਾਮ ਪੁੱਛਿਆ ਜਾਂਦਾ ਹੁੰਦਾ, ਠੀਕ ਹੈ ਜੀ। ਅਟੈਂਸ਼ਨ ਡੈਫੀਸ਼ਿਟ ਹਾਈਪਰ ਐਕਟੀਵਿਟੀ ਡਿਸਆਰਡਰ, ਸਾਰੇ ਲੈਟਰਸ ਨੂੰ ਤੇ ਵਰਡਸ ਨੂੰ ਧਿਆਨ ਨਾਲ ਦੇਖ ਲਓ, ਇਹ ਫੁੱਲ ਫਾਰਮ ਦੇ ਵਿੱਚ ਕੁਸ਼ਚਨ ਪੁੱਛਿਆ ਜਾ ਸਕਦਾ, ਇੰਪੋਰਟੈਂਟ ਕੁਸ਼ਚਨ ਹੈ ਜੀ ਇਹ। ਓਕੇ, ਅੱਗੇ ਹੈਗਾ ਆਟਿਜ਼ਮ, ਆਟੋਇਜ਼ਮ ਤੇ ਇੱਕ ਆਟਿਜ਼ਮ ਸਪੈਕਟ੍ਰਮ ਡਿਸਆਰਡਰ, ਇਹਦੀ ਸ਼ਾਰਟ ਫਾਰਮ ASD ਆ, ਫੁੱਲ ਫਾਰਮ ਰਹੂਗੀ ਆਟਿਜ਼ਮ ਸਪੈਕਟ੍ਰਮ ਤੇ ਡਿਸਆਰਡਰ। ਦੇਖੋ ਸਮਾਜਿਕ ਸੰਪਰਕ ਭਾਸ਼ਣ ਬੋਲਣ ਸੰਬੰਧੀ ਵਿਕਾਰਾਂ ਦੇ ਲੱਛਣ, ਜਿਹੜੇ ਬੱਚੇ ਮਤਲਬ ਸਮਾਜਿਕ ਨਹੀਂ ਹੁੰਦੇ, ਠੀਕ ਹੈ, ਜਾਂ ਸਮਾਜ ਨਾਲ ਸੰਪਰਕ ਨਹੀਂ ਕਰ ਸਕਦੇ, ਪ੍ਰੋਪਰ ਗੱਲਬਾਤ ਨਹੀਂ ਕਰਦੇ ਕਿਸੇ ਦੇ ਨਾਲ, ਉਸ ਤਰ੍ਹਾਂ ਦੇ ਜਿਹੜੇ ਵਿਕਾਰ ਹੁੰਦੇ ਆ ਨਾ, ਬੋਲ ਨਹੀਂ ਸਕਦੇ, ਤੇ ਜੇ ਤੁਸੀਂ ਇਕੱਲਾ ਇੰਨਾ ਵੀ ਯਾਦ ਕਰ ਲਓਗੇ ਨਾ ਬੋਲਣ ਸੰਬੰਧੀ ਵਿਕਾਰਾਂ ਦੇ ਲੱਛਣ ਨੂੰ ਕੀ ਕਿਹਾ ਜਾਂਦਾ, ਤਾਂ ਉਸ ਚੀਜ਼ ਨੂੰ ਆਟਿਜ਼ਮ ਦਾ ਨਾਮ ਦਿੱਤਾ ਜਾਂਦਾ ਜੀ, ਉਹਨੂੰ ਆਟਿਜ਼ਮ ਕਿਹਾ ਜਾਂਦਾ। ਓਕੇ, ਇੰਪੋਰਟੈਂਟ ਪੁਆਇੰਟਸ ਆ ਜੀ। ਉਸ ਤੋਂ ਬਾਅਦ ਜਿਹੜੇ ਅਗਲੇ ਹੈਗੇ ਜੀ ਦੋ, ਇਹ ਈਟਿੰਗ ਡਿਸਆਰਡਰ ਦਾ ਪਾਰਟ ਆ ਜੀ, ਮਤਲਬ ਈਟਿੰਗ ਡਿਸਆਰਡਰਸ ਹੁੰਦੇ ਆ ਇਹ, ਜਿਵੇਂ ਦੇਖੋ ਪਹਿਲਾਂ ਕੀ ਹੈ, ਐਨੋਰੈਕਸੀਆ ਨਰਵੋਸਾ ਜੀ, ਤਾਂ ਐਨੋਰੈਕਸੀਆ ਨਰਵੋਸਾ ਇੱਥੋਂ ਇਹ ਮਿਸਿੰਗ ਹੈ ਜੀ, ਠੀਕ ਹੈ। ਘੱਟ ਖਾਣ ਦੀ ਆਦਤ ਹੁੰਦੀ ਹੈ, ਫੀਅਰ ਆਫ ਵੇਟ ਗੇਨਿੰਗ ਹੁੰਦਾ ਜੀ, ਮਤਲਬ ਕਿ ਜਿਹੜੇ ਬੱਚਿਆਂ ਦੇ ਵਿੱਚ ਵੈਰੀ ਲਿਮਿਟਡ ਫੂਡ ਇਨਟੇਕ, ਬੱਚੇ ਬਹੁਤ ਘੱਟ ਮਾਤਰਾ ਵਿੱਚ ਭੋਜਨ ਲੈਂਦੇ ਆ ਜੀ, ਉਹਨਾਂ ਨੂੰ ਇਹ ਹੁੰਦਾ ਕਿ ਮੋਟਾ ਨਾ ਹੋ ਜਾ ਮੈਂ, ਠੀਕ ਹੈ, ਤੇ ਪਤਲੇ ਰਹਿਣ ਦੀ ਇੱਛਾ ਹੁੰਦੀ ਹੈ, ਤਾਂ ਇਹ ਵੀ ਪੁਆਇੰਟ ਆ ਸਕਦਾ ਜੀ, ਪਤਲੇ ਰਹਿਣ ਦੀ ਇੱਛਾ ਜ਼ਾਹਿਰ ਕਰਦੇ ਆ ਜੀ, ਤਾਂ ਬੱਚਿਆਂ ਨੂੰ ਐਨੋਰੈਕਸੀਆ ਨਰਵੋਸਾ ਹੁੰਦਾ ਜੀ, ਠੀਕ ਹੈ। ਅਸੀਂ ਇਹ ਕਵਾਂਗੇ ਇਹਨੂੰ ਯਾਦ ਕਰਨ ਦਾ ਤਰੀਕਾ ਕਿ ਐਨੋਰੈਕਸੀਆ ਮਤਲਬ ਇੰਨਾ ਇੰਨਾ, ਮਤਲਬ ਥੋੜ੍ਹਾ ਥੋੜ੍ਹਾ ਖਾਂਦੇ ਆ ਜੀ, ਬਸ ਉਹ ਜ਼ਿਆਦਾ ਨਹੀਂ ਖਾਂਦੇ, ਠੀਕ ਹੈ, ਉਹਨਾਂ ਨੂੰ ਇਹ ਹੁੰਦਾ ਵੀ ਕਿਤੇ ਮੈਂ ਮੋਟਾ ਨਾ ਹੋ ਜਾਂ ਮੈਂ ਮੋਟੀ ਨਾ ਹੋ ਜਾਂ। ਓਕੇ, ਐਨੋਰੈਕਸੀਆ ਨਰਵੋਸਾ ਹੁੰਦਾ। ਤੇ ਜਿਹੜੇ ਆਹ ਹੁੰਦੇ ਆ ਬਲੂਮੀਆ, ਦੇਖੋ ਬਲੂਮੀਆ ਬੀ ਵਰਡ ਤੋਂ ਸਟਾਰਟ ਹੁੰਦੇ ਆ, ਤਾਂ ਇਹਨੂੰ ਅਸੀਂ ਇਹ ਕਹਿ ਸਕਦੇ ਹਾਂ ਵੀ ਬਹੁਤ ਜ਼ਿਆਦਾ ਖਾਣਾ, ਠੀਕ ਹੈ, ਦੇਖੋ ਜ਼ਿਆਦਾ ਭੋਜਨ ਖਾਣਾ, ਬਟ ਥੋੜ੍ਹੇ ਸਮੇਂ ਵਿੱਚ, ਕਹਿਣ ਦਾ ਮਤਲਬ 5 ਮਿੰਟਾਂ ਦੇ ਵਿੱਚ ਹੀ ਸਾਰਾ ਕੁਝ ਸਾਫ਼ ਕਰ ਦੇਣਾ ਉਹਨਾਂ ਨੇ, ਠੀਕ ਹੈ, ਜੇ ਤੁਹਾਡੀ ਪਲੇਟ ਦੇ ਵਿੱਚ ਇੱਕ ਚੀਜ਼ਾਂ ਰੱਖੀਆਂ ਨਾ, ਜੇ ਤੇ ਨਾਲ ਦੀ ਪਲੇਟ ਦੇ ਵਿੱਚ ਵੀ ਰੱਖੀਆਂ, ਉਹਨੇ ਪਹਿਲਾਂ ਤੁਹਾਡੇ ਵਾਲੀਆਂ ਖਾ ਜਾਣੀਆਂ ਤੇ ਬਾਅਦ ਦੇ ਵਿੱਚ ਆਪਦੀਆਂ ਖਾਣੀਆਂ, ਠੀਕ ਹੈ, ਤੁਸੀਂ ਦੋਵੇਂ ਪਾਸੇ ਝਾਕਦੇ ਰਹਿ ਜਾਓਗੇ ਫਿਰ, ਠੀਕ ਹੈ, ਉਹਨੂੰ ਬਲੂਮੀਆ ਨਰਵੋਸਾ ਕਹਿੰਦੇ ਆ। ਲਾਰਜਰ ਫੂਡ ਇਨਟੇਕ ਇਨ ਵੈਰੀ ਸ਼ੋਰਟ ਟਾਈਮ, ਥੋੜ੍ਹੇ ਸਮੇਂ ਵਿੱਚ ਜ਼ਿਆਦਾ ਖਾਣ ਦੀ ਜਿਹੜੀ ਆਦਤ ਹੁੰਦੀ ਹੈ, ਉਹਨੂੰ ਕੀ ਨਾਮ ਦਿੱਤਾ ਜਾਂਦਾ, ਉਹਨੂੰ ਬਲੂਮੀਆ ਨਰਵੋਸਾ ਦਿੱਤਾ ਜਾਂਦਾ ਜੀ। ਓਕੇ, ਕਲੀਅਰ ਹੈ ਜੀ ਚੰਗੀ ਤਰ੍ਹਾਂ, ਤਾਂ ਰਿਪਲਾਈ ਕਰੋ। ਨੈਕਸਟ ਚੱਲਦੇ ਹਾਂ ਆਪਾਂ, ਅਦਰ ਡਿਸਐਬਿਲਟੀਜ਼ ਆ, ਹੋਰ ਦੇਖੋ ਡਿਸਐਬਿਲਟੀਜ਼ ਕਿਹੜੀਆਂ ਹੁੰਦੀਆਂ। ਇੱਕ ਹੈਗਾ ਆਡੀਟਰੀ ਪ੍ਰੋਸੈਸਿੰਗ ਡਿਸਆਰਡਰ, ਇਹਨੂੰ ਅਸੀਂ ਸ਼ੋਰਟ ਦੇ ਵਿੱਚ APD ਬੋਲਾਂਗੇ, ਠੀਕ ਹੈ, APD।
ਕਹਿੰਦਾ ਡਿਫੀਕਲਟੀ ਹੀਅਰਿੰਗ ਡਿਫਰੈਂਸਸ ਬਿਟਵੀਨ ਦਾ ਸਾਊਂਡਸ, ਜਿਹੜੇ ਬੱਚਿਆਂ ਨੂੰ ਧੁਨੀਆਂ ਦੀ ਪਹਿਚਾਣ ਕਰਨ ਵਿੱਚ ਮਤਲਬ ਸਾਰੀਆਂ ਹੀ ਸਾਊਂਡ ਇੱਕੋ ਜਿਹੇ ਲੱਗਦੇ ਉਹਨਾਂ ਨੂੰ, ਠੀਕ ਹੈ, ਪ੍ਰੋਬਲਮ ਵਿਦ ਰੀਡਿੰਗ ਹੋ ਜਾਂਦੀ ਹੈ, ਕੰਪਰੀਹੈਂਸ਼ਨ ਲੈਂਗੁਏਜ, ਆਡੀਟਰੀ ਪ੍ਰੋਸੈਸਿੰਗ। ਦੇਖੋ ਆਡੀਓ ਯਾਦ ਕਰੋ, ਆਡੀਓ ਆਡੀਓ ਮਤਲਬ ਕੀ ਹੁੰਦਾ ਸੁਣਨਾ, ਠੀਕ ਹੈ, ਤਾਂ ਅਸੀਂ ਧੁਨੀਆਂ ਦੀ ਪਹਿਚਾਣ ਕਰਨ ਸੰਬੰਧੀ ਵੀ ਕਹਿ ਸਕਦੇ ਹਾਂ, ਤਾਂ ਅਸੀਂ ਇਹ ਕਹਿ ਸਕਦੇ ਹਾਂ ਸੁਣਨ ਸੰਬੰਧੀ ਮੁਸ਼ਕਲ, ਜਿਹੜੇ ਬੱਚਿਆਂ ਨੂੰ ਸੁਣਨ ਸੰਬੰਧੀ ਮੁਸ਼ਕਲ ਪਾਈ ਜਾਂਦੀ ਹੈ ਉਹਨਾਂ ਨੂੰ ਆਡੀਟਰੀ ਪ੍ਰੋਸੈਸਿੰਗ ਡਿਸਆਰਡਰ ਹੁੰਦਾ ਜੀ, ਉਹਨਾਂ ਨੂੰ APD ਕਿਹਾ ਜਾਂਦਾ, ਠੀਕ ਹੈ। ਸਾਰੀਆਂ ਆਵਾਜ਼ਾਂ ਆਸੇ ਪਾਸੇ ਦੀਆਂ ਇੱਕੋ ਜਿਹੀਆਂ ਲੱਗਦੀਆਂ ਉਹਨਾਂ ਨੂੰ। ਫਿਰ ਹੈਗਾ ਵਿਜ਼ੂਅਲ, ਵਿਜ਼ੂਅਲ ਕੀ ਹੁੰਦਾ ਦੇਖਣਾ, ਠੀਕ ਹੈ, ਤਾਂ ਵਿਜ਼ੂਅਲ ਪ੍ਰੋਸੈਸਿੰਗ ਡਿਸਆਰਡਰ ਹੁੰਦਾ ਦੇਖਣ ਸੰਬੰਧੀ ਮੁਸ਼ਕਲ, ਡਿਫੀਕਲਟੀ ਇੰਟਰਪ੍ਰੇਟਿੰਗ ਵਿਜ਼ੂਅਲ ਇਨਫੋਰਮੇਸ਼ਨ, ਪ੍ਰੋਬਲਮ ਵਿਦ ਰੀਡਿੰਗ ਮੈਥਸ, ਮੈਪਸ, ਚਾਰਟਸ, ਸਿੰਬਲਸ, ਪਿਕਚਰਸ। ਮੰਨ ਲਓ ਉਹਨੂੰ ਚਾਰਟਸ ਸ਼ੋਅ ਕਰਤੇ, ਠੀਕ ਹੈ, ਤਾਂ ਉਹ ਚਾਰਟਸ ਨੂੰ ਪ੍ਰੋਪਰ ਨਹੀਂ ਅੰਡਰਸਟੈਂਡ ਕਰ ਸਕਦੇ, ਮੈਪ ਨਹੀਂ ਅੰਡਰਸਟੈਂਡ ਕਰ ਸਕਦੇ, ਪਿਕਚਰ ਨੂੰ ਨਹੀਂ ਅੰਡਰਸਟੈਂਡ ਕਰ ਸਕਦੇ, ਠੀਕ ਹੈ। ਜਾਂ ਕਹਿ ਲਓ ਅਖਬਾਰ ਦੇ ਵਿੱਚ ਪਿਕਚਰਸ ਆਉਂਦੀਆਂ ਹੁੰਦੀਆਂ ਦੋ ਡਿਫਰੈਂਸ ਫਾਈਂਡ ਕਰਨ ਵਾਲੀਆਂ, ਉਹਨਾਂ ਨੂੰ ਇਹ ਨਹੀਂ ਪ੍ਰੋਪਰ ਪਤਾ ਲੱਗਦਾ ਵੀ ਕਿਸ ਤਰ੍ਹਾਂ ਦਾ ਡਿਫਰੈਂਸ ਹੋ ਸਕਦਾ ਦੋਨਾਂ ਦੇ ਵਿੱਚ, ਓਕੇ। ਤਾਂ ਉਹ ਹੁੰਦਾ ਜੀ ਵਿਜ਼ੂਅਲ ਪ੍ਰੋਸੈਸਿੰਗ ਡਿਸਆਰਡਰ, ਓਕੇ। ਇਹਨੂੰ ਅਸੀਂ ਸ਼ਾਰਟ ਦੇ ਵਿੱਚ ਕੀ ਬੋਲਾਂਗੇ, VPD ਕਿਹਾ ਜਾਊਗਾ, ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਜੀ ਨੈਕਸਟ, ਅਸੀਂ ਗੱਲ ਕਰਦੇ ਪਏ ਹਾਂ ਇਹਦੇ ਵਿੱਚ ਅਦਰ ਡਿਸੇਬਿਲਟੀਜ਼ ਕਿਹੜੀਆਂ ਕਿਹੜੀਆਂ ਹੋ ਸਕਦੀਆਂ। ਡਿਸਥੀਮੀਆ ਮੰਨ ਲਓ, ਸੈਡ ਹੋ ਗਏ, ਡਿਪਰੈਸ਼ਨ ਹੋ ਗਏ, ਹੈਵ ਅ ਲੋ ਸੈਲਫ ਸਟੀਮ, ਜਿਹੜੇ ਬੱਚੇ ਉਦਾਸ ਰਹਿੰਦੇ ਆ, ਮਤਲਬ ਡਿਪਰੈਸ਼ਨ, ਲੋ ਸੈਲਫ ਅਸਟੀਮ ਹੁੰਦਾ ਜੀ, ਮਤਲਬ ਆਪਣੇ ਆਪ ਦੇ ਵਿੱਚ ਕਹਿ ਲਓ ਉਹਨਾਂ ਦੇ ਵਿੱਚ ਇੱਕ ਪ੍ਰੋਪਰ ਕਹਿ ਲਓ ਵੀ ਬੈਲੈਂਸ ਨਹੀਂ ਰੱਖ ਸਕਦੇ ਆਪਦਾ, ਜਾਂ ਤਾਂ ਇਸੇ ਕਰਕੇ ਉਹ ਸੈਡ ਹੁੰਦੇ ਆ, ਡਿਪਰੈਸ਼ਨ ਹੁੰਦੇ ਆ, ਉਹਨਾਂ ਨੂੰ ਡਿਸਥੀਮੀਆ ਹੁੰਦਾ ਜੀ, ਠੀਕ ਹੈ। ਤੇ ਆਹ ਹੈਗਾ ਜੀ, ਇਸ ਤੋਂ ਬਾਅਦ ਇਲਾਵਾ ਜੇ ਕੁਛ ਪੁੱਛਿਆ ਜਾਵੇ, ਇਨਸੋਮੇਨੀਆ ਹੁੰਦਾ, ਇਨਅਬਿਲਟੀ ਟੂ ਸਲੀਪ, ਜਿਹਨਾਂ ਨੂੰ ਨੀਂਦ ਨਹੀਂ ਆਉਂਦੀ, ਨੀਂਦ ਘੱਟ ਆਉਂਦੀ ਆ, ਮੰਨ ਲਓ ਇਹ ਪੇਪਰਾਂ ਦੇ ਨੇੜੇ ਆ ਕੇ ਨੀਂਦ ਉੱਡ ਜਾਂਦੀ ਕਈਆਂ ਦੀ, ਜਾਂ ਪਹਿਲਾਂ ਵੀ ਉੱਡ ਜਾਂਦੀ ਆ, ਠੀਕ ਹੈ, ਉਹਨੂੰ ਇਨਸੋਮੇਨੀਆ ਦਾ ਨਾਮ ਦਿੱਤਾ ਜਾਂਦਾ। ਤੇ ਸੋਮਨਬਲਿਜ਼ਮ ਹੁੰਦਾ ਜੀ, ਸਲੀਪ ਵਾਕਿੰਗ, ਜਿਹਨੂੰ ਕਹਿੰਦੇ ਨੀਂਦ ਵਿੱਚ ਚੱਲਣ ਦੀ ਬਿਮਾਰੀ ਕਿਹਾ ਜਾਂਦਾ ਜੀ, ਓਕੇ। ਇਹ ਐਜ਼ ਇਟ ਇਜ਼ ਹੀ ਪੜ੍ਹ ਲਿਓ, ਠੀਕ ਹੈ ਜੀ। ਅਗਲੇ ਪੁਆਇੰਟ 'ਤੇ ਚੱਲਦੇ ਹਾਂ, ਨੈਕਸਟ। ਕਲੀਅਰ ਹੋ ਗਿਆ, ਦੱਸੋ ਜਲਦੀ। ਇਹ ਤਾਂ ਪੇਜ ਹੀ ਖਤਮ ਹੋ ਗਿਆ ਜੀ ਆਪਣਾ, ਚਲੋ। ਡੈਲੀਰੀਅਮ ਹੈਗਾ ਜੀ ਨੈਕਸਟ, ਡਿਸਟਰਬਡ ਸਟੇਟ ਆਫ ਮਾਇੰਡ ਐਂਡ ਰੈਸਟਲੈਸ, ਰੈਸਟਲੈਸ ਹੋ ਜਾਂਦੇ ਜੀ ਪੂਰੀ ਤਰ੍ਹਾਂ, ਮੰਨ ਲਓ ਕਹਿ ਲਓ ਪੜ੍ਹ ਪੜ੍ਹ ਕੇ, ਹੈ ਨਾ, ਤਣਾਓਗ੍ਰਸਤ ਹੁੰਦੇ, ਉਹਨੂੰ ਡੈਲੀਰੀਅਮ ਕਿਹਾ ਜਾਂਦਾ ਜੀ। ਆਹ ਇੰਪੋਰਟੈਂਟ ਰਹੂਗਾ ਜੀ, ਜਿਹੜਾ ਨੈਕਸਟ ਹੈਗਾ ਤੁਹਾਡੇ ਕੋਲ, ਫਿੰਗਰ ਅਗਨੋਸੀਆ, ਫਸਟ ਡਿਫਾਈਂਡ 1924, ਜੋਸਫ ਗ੍ਰੈਟਸਮੈਨ ਦੁਆਰਾ ਇਹਨੂੰ ਡਿਫਾਈਨ ਕੀਤਾ ਗਿਆ ਸੀਗਾ। ਤਾਂ ਇਨਅਬਿਲਟੀ ਟੂ ਡਿਸਟਿੰਗਿਸ਼ ਨੇਮ ਔਰ ਰਿਕੋਗਨਾਈਜ਼ ਦਾ ਫਿੰਗਰਸ, ਹੱਥਾਂ ਦੀਆਂ ਉਂਗਲਾਂ ਸੰਬੰਧੀ ਵਿਕਾਰ ਬੋਲਦੇ ਆ ਜੀ ਇਹਨੂੰ, ਕਿ ਬੱਚੇ ਨੂੰ ਹੱਥਾਂ ਦੀਆਂ ਆਪਣੀਆਂ ਜਿਹੜੀਆਂ ਫਿੰਗਰਸ ਹਨ ਉਹ ਸਾਰੀਆਂ ਇੱਕੋ ਜਿਹੀਆਂ ਦਿਖਾਈ ਦਿੰਦੀਆਂ, ਉਹਨਾਂ ਦੇ ਵਿੱਚੋਂ ਡਿਫਰੈਂਸ ਨਹੀਂ ਕਰ ਸਕਦਾ, ਡਿਸਟਿੰਗਿਸ਼ ਮਤਲਬ ਵੱਖਰਾਪਣ ਨਹੀਂ ਕਰ ਸਕਦਾ, ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਸ ਤਰ੍ਹਾਂ ਹੈਗੀ ਆ, ਕਿਹੜੀ ਚੀਜ਼ ਕਿਸ ਤਰੀਕੇ ਨਾਲ ਯੂਜ਼ ਕੀਤੀ ਜਾਂਦੀ ਹੈ। ਤਾਂ ਉਹਨੂੰ ਕਹਿ ਜਾਂਦਾ ਜੀ ਫਿੰਗਰ ਅਗਨੋਸੀਆ, ਓਕੇ। ਇਹ ਅਦਰਸ ਦੇ ਵਿੱਚ ਅਸੀਂ ਨੀਅਰ ਅਬਾਊਟ 12 ਕੀਤੇ ਆ, ਉਸ ਤੋਂ ਬਾਅਦ ਅਸੀਂ ਲਰਨਿੰਗ ਦੇ ਕੀਤੇ ਆ, ਰਾਈਟਿੰਗ ਦੇ ਕੀਤੇ ਆ, ਠੀਕ ਹੈ ਜੀ, ਅਤੇ ਈਟਿੰਗ ਡਿਸਆਰਡਰਸ ਕੀਤੇ ਹੋਏ ਆ, ਸਮਝ ਗਏ। ਤਾਂ ਮਤਲਬ ਇਹ ਸਾਰੇ ਡਿਸਆਰਡਰਸ ਹੈ, ਇਹਨਾਂ ਦੇ ਵਿੱਚੋਂ ਕੁਸ਼ਚਨ ਪੱਕਾ ਬਣਨ ਦੀ ਉਮੀਦ ਹੈ ਜੀ। ਅਤੇ ਨੈਕਸਟ ਇਹੀ ਵੀਡੀਓ ਆਪਣੀ ਆਊਗੀ ਯੂਟਿਊਬ ਦੇ ਉੱਪਰ, ਠੀਕ ਹੈ। ਥੈਂਕਸ ਫੋਰ ਵਾਚਿੰਗ, ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ। ਬਾਕੀ ਆਪਾਂ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ, ਓਕੇ। ਅਤੇ